ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। GST ਜੋ ਕਿ ਅਪਡੇਟ ਆਇਆ, ਕਈ ਚਿਰ ਤੋਂ ਗੱਲਾਂ ਹੋ ਰਹੀਆਂ ਸੀ GST ਨੂੰ ਲੈ ਕੇ, ਅਤੇ ਹੁਣ ਜਦੋਂ GST ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਸਟੂਡੈਂਟਸ ਹੁਣ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਹੀ। ਔਰ ਨਾਲ ਦੀ ਨਾਲ ਆਪਾਂ ਫੋਕਸ ਕਰਾਂਗੇ ਹੁਣ ਜੁਲਾਈ ਇਨਟੇਕ ਦੇ ਉੱਪਰ। ਸਟੂਡੈਂਟ ਜਿਹੜੇ ਅਪਲਾਈ ਕਰ ਰਹੇ ਨੇ, ਕਰਨ ਜਾ ਰਹੇ ਨੇ, ਤੁਹਾਨੂੰ GST ਔਰ ਜਿਹੜੇ ਵੀ ਹੁਣ ਅਪਡੇਟ ਨੇ ਉਹਨਾਂ ਦੇ ਅਕੋਰਡਿੰਗਲੀ ਕਿਵੇਂ ਅਪਲਾਈ ਕਰਨਾ, ਇਸ ਨੂੰ ਲੈ ਕੇ ਕਈ ਤਰ੍ਹਾਂ ਦੀ ਖਾਸ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਸ਼ਾਮਿਲ ਰਹੇਗੀ। ਸਵਾਗਤ ਹੈ ਜੀ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਤੁਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਗਾਈਡ ਕਰਦੇ ਹੋ, ਇਹਨਾਂ ਵੀਡੀਓਜ਼ ਦੇ ਜ਼ਰੀਏ ਸਟੂਡੈਂਟ ਜੋ ਹੈ ਹਰੇਕ ਪੁਆਇੰਟ ਨੂੰ ਚੰਗੀ ਤਰ੍ਹਾਂ ਨਾਲ ਸਮਝ ਪਾਉਂਦੇ ਨੇ, ਅਤੇ ਉਸ ਅਕੋਰਡਿੰਗਲੀ ਉਹ ਅਪਲਾਈ ਕਰਦੇ ਨੇ। ਸਾਡੇ ਕੋਲ ਸਵਾਲ ਵੀ ਆਉਂਦੇ ਨੇ, ਅਤੇ ਉਹਨਾਂ ਸਵਾਲਾਂ ਦੇ ਉੱਪਰ ਅਸੀਂ ਹੋਰ ਵੀਡੀਓਜ਼ ਵੀ ਅਕਸਰ ਬਣਾਉਂਦੇ ਹਾਂ। ਪਰ ਅੱਜ ਇੱਥੇ ਜ਼ਰੂਰਤ ਹੈ, ਜਿਹੜੇ ਸਟੂਡੈਂਟਸ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਹੈ, ਜੁਲਾਈ ਇਨਟੇਕ 'ਤੇ ਫੋਕਸ ਕਰ ਰਹੇ ਨੇ, ਸੋ ਜਿਹੜਾ GST ਨੂੰ ਲੈ ਕੇ ਅਪਡੇਟ ਆ ਚੁੱਕਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਗੌਰ ਕਰਦੇ ਹੋਏ ਹੁਣ ਕਿਵੇਂ ਸਟੂਡੈਂਟ ਸਹੀ ਪ੍ਰੋਸੈਸ ਨਾਲ ਅੱਗੇ ਵੱਧ ਸਕਦਾ, ਕਿਹੜੀ ਗੱਲਾਂ ਦਾ ਇੱਥੇ ਧਿਆਨ ਜ਼ਰੂਰ ਰੱਖਣਾ ਪਏਗਾ? ਦੇਖੋ, GSTRGS ਜੈਨੂਅਨ ਸਟੂਡੈਂਟ ਟੈਸਟ ਜਾਂ ਜੈਨੂਅਨ ਸਟੂਡੈਂਟ, ਇਹਦਾ ਨਾਮ ਦਿੱਤਾ ਗਿਆ ਜਿਹੜਾ ਰਿਪਲੇਸ ਹੋ ਗਿਆ GT ਦੇ ਨਾਲ। ਹੁਣ ਇਹ ਕੀ ਹੈ, GT ਦੇ ਵਿੱਚ SOP ਜਾਂਦੀ ਸੀ, ਪਹਿਲੇ 4-4, 5-5 ਪੇਜ ਦੀ SOP ਜਾਣੀ, ਫਿਰ 300 ਵਰਡਸ ਦੀ SOP ਜਾਣੀ। 300 ਵਰਡਸ 'ਤੇ ਪਤਾ ਹੀ ਨਹੀਂ ਚੱਲਦਾ ਸੀ ਸਟੂਡੈਂਟ ਲਿਖੇ ਕੀ। ਹੁਣ ਇਹਨਾਂ ਨੇ ਜਿਹੜੇ ਆ 4-5 ਕੁਸ਼ਚਨ ਦੇ ਦਿੱਤੇ ਆ GST ਦੇ ਵਿੱਚ, ਖਾਲੀ ਉਹ ਆਨਸਰ ਕਰਨੇ ਆ। ਉਹ ਜਿਹੜੇ ਕੁਸ਼ਚਨ ਆਨਸਰ ਕਰਨੇ ਆ, ਮੇਰੇ ਖਿਆਲ ਉਹ 5 ਕੁ ਕੁਸ਼ਚਨ ਹੈ, ਔਰ 500-600 ਵਰਡਸ ਦੇ ਵਿੱਚ ਉਹ ਕੰਪਲੀਟ ਹੋ ਜਾਂਦੇ ਆ। ਫਸਟ, ਤੁਹਾਡੇ ਇਕਨੋਮਿਕ ਸਰਕਮਸਟਾਂਸਿਸ ਕੀ ਹੈ ਜਦ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ, ਇਹਦੇ ਬਾਰੇ ਸਟੂਡੈਂਟ ਨੇ ਰਿਪਲਾਈ ਕਰਨਾ। ਹਰ ਸਟੂਡੈਂਟ ਦਾ ਇਕਨੋਮਿਕ ਸਰਕਮਸਟਾਂਸਿਸ ਡਿਫਰੈਂਟ ਹੁੰਦੇ ਆ, ਉਹ ਦੇਖਦੇ ਕਿ ਬੱਚੇ ਦੇ ਇਕਨੋਮਿਕ ਸਰਕਮਸਟਾਂਸਿਸ ਜੇ ਅੱਛੇ ਨਹੀਂ ਹੈ ਤਾਂ ਇਹ ਉੱਥੇ ਪੜ੍ਹੇਗਾ, ਔਰ ਪੜ੍ਹ ਕੇ ਮਤਲਬ ਜਿਹੜਾ ਬੱਚਾ ਪ੍ਰੋਪਰ ਪੜ੍ਹੇਗਾ ਨਹੀਂ, ਜਿੱਦਾਂ ਪਹਿਲੇ ਹੋ ਰਿਹਾ ਸੀ ਕੋਰਸ ਹੋਪਿੰਗ। ਯੂਨੀਵਰਸਿਟੀ 'ਚ ਗਿਆ, ਫਿਰ ਛਾਲ ਮਾਰ ਲਈ ਉਹਨੇ ਡਿਪਲੋਮੇ 'ਚ ਜਾਂ ਕਿਸੇ ਚੀਜ਼ 'ਚ, ਅਤੇ ਉਹ ਨਹੀਂ ਚਾਹੁੰਦੇ ਕਿ ਇੱਦਾਂ ਦੀ ਚੀਜ਼ਾਂ ਹੋਣ। ਸੈਕਿੰਡ, ਜਿਹੜਾ ਇਹ ਕੋਰਸ ਕਰਨ ਕਿਉਂ ਜਾ ਰਹੇ ਹੋ ਤੁਸੀਂ, ਜਿਹੜੇ GT 'ਚ ਕੁਸ਼ਚਨ ਹੁੰਦੇ ਸੀ ਸੇਮ ਹੀ ਕੁਸ਼ਚਨ ਹੈ। ਇਹ ਕੋਰਸ ਕਰਨ ਕਿਉਂ ਜਾ ਰਹੇ ਹੋ, ਆਸਟ੍ਰੇਲੀਆ ਕਿਉਂ ਚੂਜ਼ ਕੀਤਾ, ਮੇਨਲੀ ਕੋਰਸ ਦੇ ਉੱਪਰ ਹੈ। ਫਿਰ ਤੁਸੀਂ ਇਹ ਕੋਰਸ ਕਰਨ ਦੇ ਬਾਅਦ ਕੀ ਕਰੋਗੇ, ਮੇਨਲੀ ਤੁਸੀਂ ਆਪਣੇ ਜਿਹੜਾ ਇਹ ਕੋਰਸ ਕਰਕੇ ਇਸ ਕੋਰਸ ਦਾ ਤੁਹਾਨੂੰ ਬੈਨੀਫਿਟ ਕੀ ਮਿਲੇਗਾ। ਫੋਰਥ, ਤੁਸੀਂ ਆਪਣੇ ਬਾਰੇ ਕੁਝ ਹੋਰ ਦੱਸਣਾ ਚਾਹੋ, ਦੈਟ ਮੀਨਸ ਉਹ ਤੁਹਾਡੇ ਇਕਨੋਮਿਕ ਸਰਕਮਸਟਾਂਸਿਸ ਦੇਖਣਾ ਚਾਹ ਰਹੇ ਹੈ ਕਿ ਬੇਸਿਕਲੀ ਤੁਸੀਂ ਪੜ੍ਹਨ ਜਾ ਰਹੇ ਹੋ ਤਾਂ ਤੁਸੀਂ ਵਾਕਈ 'ਚ ਉਸ ਪੜ੍ਹਾਈ ਦੇ ਚਾਹਵਾਨ ਹੋ ਕਿ ਖਾਲੀ ਜਾਣ ਦੇ ਵਾਸਤੇ ਰਸਤਾ ਬਣਾ ਰਹੇ ਹੋ। ਆਲਦੋ ਇਹਦੇ ਵਿੱਚ ਇੱਕ ਬਹੁਤ ਇੰਪਾਰਟੈਂਟ ਅਪਡੇਟ ਇਹ ਹੈ ਕਿ ਹੁਣ ਉਹ ਸਟੂਡੈਂਟ 'ਚ ਲਿਖਦਾ ਕਿ ਮੈਂ ਉੱਥੇ ਸੈਟਲਮੈਂਟ ਆਪਸ਼ਨ ਦੇਖ ਸਕਦਾ, ਅਤੇ ਉਹਨਾਂ ਨੂੰ ਉਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ ਹੈ, ਜਿਹੜੀ ਕਿ ਇਹ ਚੀਜ਼ ਪਹਿਲਾਂ ਨਹੀਂ ਸੀ। ਇਹ ਇੱਕ ਚੀਜ਼ ਠੀਕ ਹੋਈ ਹੈ। ਸੈਕਿੰਡ, ਉਹ ਯੂਨੀਵਰਸਿਟੀਆਂ ਜਿਹੜੀ ਲੈਵਲ 1 ਦੀਆਂ ਉਹਨਾਂ ਨੂੰ ਨੈਚੁਰਲ ਹੈ ਜ਼ਿਆਦਾ ਪ੍ਰੈਫਰੈਂਸ ਦਿੱਤੀ ਗਈ ਆ, ਅਤੇ ਲੈਵਲ 1 ਦੀ ਯੂਨੀਵਰਸਿਟੀਆਂ ਹੁਣ ਚਾਹੇ ਲੈਵਲ 2 ਦੀ ਫਾਈਨੈਂਸ਼ੀਅਲ ਡਾਕੂਮੈਂਟ ਸਾਰਿਆਂ ਨਾਲ ਜਾਣਗੇ, ਕਿਉਂਕਿ ਤੁਸੀਂ ਇਹ ਦੇਖੋ ਇਹਨਾਂ ਨੇ ਕਹਿਤਾ ਕਿ ਇਕਨੋਮਿਕ ਸਰਕਮਸਟਾਂਸਿਸ, ਉਹ ਤੁਹਾਡਾ ਸਾਰਾ ਕੁਝ ਕਵਰ ਕਰ ਗਿਆ। ਤੁਹਾਡੀ ਇਨਕਮ ਟੈਕਸ ਰਿਟਰਨ ਬਹੁਤ ਵਧੀਆ ਹੋਣੀ ਚਾਹੀਦੀ ਹੈ, ਤੁਹਾਡੇ ਜਿਹੜੇ ਆ ਫਾਈਨੈਂਸ਼ੀਅਲਸ ਜਿਹੜੇ ਬਹੁਤ ਅੱਛੇ ਹੋਣੇ ਚਾਹੀਦੇ ਆ, ਸਟਰੋਂਗ ਹੋਣੇ ਚਾਹੀਦੇ ਆ,
ਇਨਕਮ ਜਿਹੜੀ ਆ 15 ਤੋਂ 16 ਲੱਖ ਵੀ ਕਈ ਯੂਨੀਵਰਸਿਟੀਆਂ ਹੁਣ ਮੰਗ ਰਹੀਆਂ, ਕੁਛ 10 ਤੋਂ 12 ਲੱਖ ਮੰਗ ਰਹੀਆਂ, ਡਿਪੈਂਡ ਕਰਦਾ ਯੂਨੀਵਰਸਿਟੀ ਦੇ। ਦੈਟ ਮੀਨਸ ਕਿ ਜਿਹਦੇ ਇਕਨੋਮਿਕ ਸਰਕਮਸਟਾਂਸਿਸ ਅੱਛੇ ਆ, ਕੋਰਸ ਬਹੁਤ ਅੱਛਾ ਚੂਜ਼ ਕੀਤਾ ਹੋਇਆ ਇੰਜੀਨੀਅਰਿੰਗ ਦਾ, ਹੈਲਥ ਦਾ, ਪਹਿਲੇ ਵੀ ਮੈਂ ਕਈ ਵਾਰੀ ਦੱਸ ਚੁੱਕੀ ਹਾਂ, ਆਈਟੀ ਦੇ ਅੱਛੇ ਕੋਰਸਿਸ ਜਿਨ੍ਹਾਂ ਨੇ ਲਏ ਹੋਏ ਆ, ਔਰ ਜਿਨ੍ਹਾਂ ਦੇ ਅਕੈਡਮਿਕ ਬਹੁਤ ਅੱਛਾ ਹੈ, ਕੋਈ ਗੈਪ ਨਹੀਂ ਹੈ, ਜਾਂ ਜੋਬ ਕਰ ਰਹੇ ਆ ਪ੍ਰੋਪਰ, ਉਹਨਾਂ ਦੇ ਕੋਲ ਜੋਬ ਪਰੂਫਸ ਹੈ, ਉਹਨਾਂ ਦੇ ਵੀਜ਼ਾ ਚਾਂਸਿਸ ਸਾਰਿਆਂ ਦੇ ਬਹੁਤ ਅੱਛੇ ਆ। ਜਿਹੜੇ ਬੱਚੇ ਆਰਟਸ ਵਾਲੇ ਸੀ ਉਹਨਾਂ ਦੇ ਵਾਸਤੇ ਕੁਐਸਚਨ ਮਾਰਕ ਹੈ ਇਸ ਟਾਈਮ, ਕਿਉਂਕਿ ਬਹੁਤ ਅੱਛੇ ਸਬਜੈਕਟਸ ਉਹ ਮੰਗ ਰਹੇ ਆ ਔਰ ਅੱਛੇ ਬੱਚਿਆਂ ਨੂੰ ਵੀਜ਼ਾ ਜ਼ਰੂਰ ਦੇਣਗੇ, ਇਹ ਮੇਰਾ ਸੋਚਣਾ। ਜੀ ਬਿਲਕੁਲ, ਸੋ ਜ਼ਰੂਰ ਸਟੂਡੈਂਟਸ ਦੇ ਸਮਝ ਸਕਦੇ ਨੇ ਇਹਨਾਂ ਚੀਜ਼ਾਂ ਨੂੰ ਕਿ ਜੇਕਰ ਅਗਰ ਕੋਈ ਚੇਂਜਸ ਕੀਤੇ ਵੀ ਗਏ ਨੇ ਤਾਂ ਸਟੂਡੈਂਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਚੰਗਾ ਸਟੂਡੈਂਟ ਜਿਹੜਾ ਹੈ ਉਹ ਕੋਈ ਵੀ ਮੌਕਾ ਨਾ ਖੋ ਸਕੇ ਆਸਟ੍ਰੇਲੀਆ ਆ ਕੇ ਚੰਗੇ ਕੋਰਸਿਸ ਦੇ ਨਾਲ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਦੇ ਵਿੱਚ। ਸੋ ਮੈਮ, ਨਾਲ ਦੀ ਨਾਲ ਅਗਰ ਆਪਾਂ ਜੁਲਾਈ ਇਨਟੇਕ ਵੱਲ ਵੀ ਹੁਣ ਦੇਖੀਏ ਸਟੂਡੈਂਟਸ ਨੇ ਜਿਨ੍ਹਾਂ ਨੇ ਅਪਲਾਈ ਕਰਨਾ, ਤਾਂ ਹੁਣ ਪਹਿਲਾਂ ਵੀ ਅਸੀਂ ਦੇਖਦੇ ਹਾਂ ਆਸਟ੍ਰੇਲੀਆ ਅਪਲਾਈ ਕਰਨ ਦੀ ਜਦ ਗੱਲ ਹੁੰਦੀ ਹੈ ਡਾਕੂਮੈਂਟੇਸ਼ਨ ਵਰਕ ਬਹੁਤ ਹੀ ਜ਼ਿਆਦਾ ਹੁੰਦਾ, ਤਾਂ ਹੁਣ ਦੀ ਵੀ ਜੇਕਰ ਆਪਾਂ ਗੱਲ ਕਰੀਏ ਕਿ GST ਆਉਣ ਦੇ ਨਾਲ ਕੁਛ ਜਿਹੜਾ ਪ੍ਰੋਸੈਸ ਹੈ ਇਹ ਥੋੜ੍ਹਾ ਲੈਂਥੀ ਹੋ ਜਾਏਗਾ, ਨੋਰਮਲ ਹੀ ਰਹੇਗਾ, ਜਾਂ ਕਿਹੜੀ ਗੱਲਾਂ 'ਤੇ ਬਹੁਤ ਫੋਕਸ ਕਰਨਾ ਪਏਗਾ ਹੁਣ? ਸਗੋਂ ਮੈਂ ਤਾਂ ਕਹਿੰਦੀ ਹਾਂ ਕਿ ਛੋਟਾ ਹੋ ਗਿਆ, ਕਿਉਂਕਿ ਯੂਨੀਵਰਸਿਟੀਆਂ ਨੇ ਇੰਨਾ ਤੰਗ ਕਰਨਾ GT ਦੇ ਵਿੱਚ, ਆਲ ਦੋ ਉਹਨਾਂ ਨੇ ਆਪਦੀ ਫਾਰਮੈਲਿਟੀਜ਼ ਰੱਖਣੀ ਹੀ ਰੱਖਣੀ ਹੈ, ਬਟ ਜਿਹੜੀ SOP ਦੇ ਰਿਜੈਕਸ਼ਨ ਕਰਦੇ ਸੀ ਬਹੁਤ ਜ਼ਿਆਦਾ ਕਿ ਇੰਨੇ ਵਰਡ ਹੋ ਗਏ, ਜ਼ਿਆਦਾ ਹੋ ਗਿਆ, ਘੱਟ ਹੋ ਗਿਆ, ਉਹ ਚੀਜ਼ ਖਤਮ ਹੋ ਗਈ, ਕਿਉਂਕਿ ਉਹਨਾਂ ਨੇ ਆਪਦੇ ਕੁਐਸਚਨ ਫਿਕਸ ਕਰਤੇ ਕਿ ਸਾਨੂੰ ਇਹ 4 ਕੁਐਸਚਨ ਦੇ 5 ਕੁਐਸਚਨ ਦੇ ਰਿਪਲਾਈ ਚਾਹੀਦੇ ਆ, ਉਹਦੇ ਇਲਾਵਾ ਉਹਨਾਂ ਨੂੰ ਕੁਛ ਨਹੀਂ ਚਾਹੀਦਾ। ਅਤੇ ਸਟੂਡੈਂਟ ਨੂੰ ਉਹਨਾਂ ਨੇ ਉਹ 4 ਕੁਐਸਚਨ ਜ ਬੱਚੇ ਨੇ ਅੱਛੀ ਤਰ੍ਹਾਂ, ਔਰ ਇਹਦੇ ਵਿੱਚ ਪ੍ਰੋਬਲਮ ਕੀ ਸੀ, SOP ਦੇ ਵਿੱਚ ਬੱਚੇ ChatGPT ਤੋਂ ਵੀ ਕਾਪੀ ਕਰ ਰਹੇ ਸੀਗੇ, ਬੱਚੇ ਕਿਸੇ ਹੋਰ ਦੀ ਵੀ SOP ਕਾਪੀ ਕਰ ਲੈਂਦੇ ਸੀ, ਉਹ ਰਿਜੈਕਸ਼ਨ ਦੀ ਇੱਕ ਬਹੁਤ ਬੜੀ ਵਜ੍ਹਾ ਹੁੰਦੀ ਸੀ। ਇਹ ਪਰਸਨਲ ਕੁਐਸਚਨ ਹੈ ਹਰ ਸਟੂਡੈਂਟ ਦੇ, ਤਾਂ ਨੈਚੁਰਲ ਆ ਹਰ ਬੱਚੇ ਦੀ ਲੈਂਗੁਏਜ ਅਲੱਗ ਹੋਏਗੀ, ਅਤੇ ਇਹਦੇ ਉੱਪਰ ਰਿਜੈਕਸ਼ਨ ਦੇ ਚਾਂਸਿਸ ਜਿਹੜੇ ਆ ਜਾਂ ਆਪਾਂ ਕਹੀਏ ਕੁਐਸਚਨ ਆਨਸਰ ਦੇ ਉੱਪਰ ਨਾ ਦੇ ਬਰਾਬਰ ਹੋਣਗੇ। ਹੁਣ ਅੰਬੈਸੀ ਨੇ ਸੈਟਿਸਫਾਈ ਹੋਣਾ ਕਿ ਬੱਚਾ ਜਿਹੜਾ ਹੈ ਇਹਦੇ ਵਿੱਚ ਆਪਣੇ ਜਿਹੜੇ ਕੁਐਸਚਨ ਹੈ ਉਹਨੇ ਆਨਸਰ ਜਿਹੜੇ ਕੀਤੇ, ਬੱਚੇ ਇਕਨੋਮਿਕ ਸਰਕਮਸਟਾਂਸਿਸ ਅੱਛੇ ਆ ਜਾਂ ਇਸ ਚ ਯੂਨੀਵਰਸਿਟੀ ਦਾ ਚੋਣ ਵਾਕਈ 'ਚ ਪੜ੍ਹਨ ਵਾਲਾ ਬੱਚਾ ਅਕੈਡਮਿਕ ਬਹੁਤ ਅੱਛਾ ਇਸ ਕਰਕੇ ਕੀਤਾ, ਅਤੇ ਕੁਛ ਚੀਜ਼ਾਂ ਦਾ ਜੇ ਧਿਆਨ ਰੱਖਿਆ ਜਾਏ ਤਾਂ ਵੀਜ਼ਾ ਉਹਦੇ ਆਉਣ ਦੀ ਪੂਰੀ ਸੰਭਾਵਨਾ। ਜੀ ਬਿਲਕੁਲ ਠੀਕ ਹੈ, ਅਤੇ ਜ਼ਰੂਰ ਸਟੂਡੈਂਟ ਜੋ ਹੈ ਸਹੀ ਇਨਫੋਰਮੇਸ਼ਨ ਦੇ ਨਾਲ ਹੀ ਅੱਗੇ ਵਧਣ ਹਮੇਸ਼ਾ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਈ ਤਰ੍ਹਾਂ ਦੀ ਅਪਡੇਟਸ ਵੱਖ ਵੱਖ ਕੰਟਰੀਜ਼ ਦੇ ਆਉਂਦੇ ਆ, ਤਾਂ ਕਿਤੇ ਨਾ ਕਿਤੇ ਸਟੂਡੈਂਟ ਥੋੜ੍ਹਾ ਬਹੁਤਾ ਕਈ ਵਾਰੀ ਕਨਫਿਊਜ਼ ਹੋ ਜਾਂਦਾ, ਪਰ ਜੋ ਸਟੂਡੈਂਟ ਬੜਾ ਫੋਕਸ ਕਰਕੇ ਅੱਗੇ ਚੱਲਦਾ ਉਹ ਸਭ ਚੀਜ਼ਾਂ 'ਤੇ ਗੌਰ ਕਰਦਾ, ਸੁਣਦਾ ਚੰਗੇ ਕੰਸਲਟੈਂਟਸ ਨੂੰ, ਜਿਵੇਂ ਕਿ ਮੈਮ ਨੇ ਨੈਵੀਗੇਟਰਸ ਓਵਰਸੀਜ਼ ਹੈ 27-28 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ, ਬਹੁਤ ਸਾਰੇ ਸਟੂਡੈਂਟਸ ਨੂੰ ਉਹਨਾਂ ਨੇ ਰਾਈਟ ਗਾਈਡੈਂਸ ਨਾਲ ਉਹਨਾਂ ਦੇ ਫਿਊਚਰ ਨੂੰ ਸੈਟਲ ਕਰਨ ਦੇ ਵਿੱਚ, ਉਹਨਾਂ ਨੂੰ ਸਹੀ ਡਿਸੀਜ਼ਨ ਲੈਣ ਦੇ ਵਿੱਚ ਹੈਲਪ ਕੀਤੀ ਹੈ। ਇੱਥੇ ਸਟੂਡੈਂਟ ਅਗਰ ਜਿੰਨੇ ਵੀ ਵੀਡੀਓਜ਼ ਦੇ ਨਾਲ ਜੁੜੇ ਹੋਏ ਨੇ, ਵੀਡੀਓ ਦੇਖ ਰਹੇ ਨੇ, ਤੁਹਾਡੇ ਵੀ ਮਨ ਵਿੱਚ ਕਿਤੇ ਕੋਈ ਡਾਊਟ ਆ ਰਿਹਾ ਅਪਲਾਈ ਕਰਨਾ ਤੁਸੀਂ ਜੁਲਾਈ ਇਨਟੇਕ ਦੇ ਲਈ ਔਰ ਹਲੇ ਕੁਝ ਚੀਜ਼ਾਂ ਦੀ ਕਲੈਰਿਟੀ ਨਹੀਂ ਹੋ ਰਹੀ ਹੈ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਆ ਇਸ ਉੱਪਰ ਕਾਲ ਕਰਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ, ਤਾਂ ਕਿ ਸਹੀ ਡਿਸੀਜ਼ਨ ਤੁਸੀਂ ਜ਼ਰੂਰ ਲੈ ਸਕੋ। ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਸਾਂਝੀ ਕਰਨ ਲਈ, ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।